ਸੁਗਵਤਿਆ ਸੀਡਬਲਿਊਸੀ ਮੈਂਬਰ ਚੰਨੀ ਦੇ ਵੱਲੋਂ ਸਾਡੇ ਬਹਾਦਰ ਸੈਨਿਕਾਂ ਦੀ ਬਹਾਦਰੀ ਨੂੰ ਨਿੰਦਣ ਵਾਲਾ ਕਿ ਨੋਨਾ ਬਿਆਨ ਕਿਸੇ ਅਪਰਾਧ ਅਤੇ ਦੇਸ਼ ਦਾ અપਮਾਨ ਨਹੀਂ ਹੈ ਪੁੰਛਦੇ ਵਿੱਚ ਸਾਡੇ ਹਵਾਈ ਜਹਾਜ਼ ਦੇ ਜਵਾਨਾਂ ਤੇ ਹੋਏ ਹਮਲੇ ਤੇ ਚੰਨੀ ਦਾ ਸ਼ਰਮਨਾਕ ਬਿਆਨ ਨਾਦੀ ਮਹਾਦਰੀ ਨੂੰ ਸਟੰਡ ਦੱਸਣਾ ਚੰਨੀ ਦੀ ਦਿਵਾਲੀਆਪਨ ਅਤੇ ਨਿਰਾਸ਼ਾ ਨੂੰ ਦਰਸਾਉਂਦਾ ਹੈ ਸੋ ਕੌਮ ਉਹਨਾਂ ਨੂੰ ਕਦੀ ਮਾਫ ਨਹੀਂ ਕਰੇਗੀ ਉਹਨਾਂ ਦਾ ਸਿਰ ਸ਼ਰਮ ਦੇ ਨਾਲ ਚੁੱਕ ਜਾਣਾ ਚਾਹੀਦਾ ਹੈ ਕਾਂਗਰਸ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਨੂੰ ਇਸ ਮੁੱਦੇ ਤੇ ਸਫਾਈ ਦੇਣੀ ਚਾਹੀਦੀ ਹੈ ਉਹਨਾਂ ਨੂੰ ਜਨਤਕ ਤੌਰ ਤੇ ਉਹਨਾਂ ਦੇ ਬਿਆਨ ਤੋਂ ਵਾਕ ਹੋਣਾ ਚਾਹੀਦਾ ਹੈ ਤੇ ਉਹਨਾਂ ਨੂੰ ਤੁਰੰਤ ਕੌਮ ਤੋਂ ਮੁਆਫੀ ਮੰਗਣ ਦੇ ਲਈ ਕਹਿਣਾ ਚਾਹੀਦਾ ਚੰਨੀ ਤੇ ਬਿਆਨ ਤੇ ਬੀਜਪੀ ਨੇ ਪਲਟਵਾਰ ਕੀਤਾ ਸੁਨੀ ਜਾਖੜ ਦੇ ਵੱਲੋਂ ਇਹ ਟਵੀਟ ਕੀਤਾ ਗਿਆ ਸੋਨਾਂ ਕਿਹਾ ਹੈ ਕਿ ਦੇਸ਼ ਕਦੀ ਵੀ ਮੁਆਫ ਨਹੀਂ ਕਰੇਗਾ ਉਹਨਾਂ ਨੇ ਸਾਡੇ ਫੌਜੀਆ ਦਾ ਅਪਮਾਨ ਕੀਤਾ